ਅੱਗੇ ਨਾ ਤੁਸਾਂ ਜਿਹੜੀ ਵੀਡੀਓ ਲਾ ਕੇ ਨਾਲ ਨਾ ਇਨਾਮ ਰੱਖਦੇ ਹੁੰਦੇ ਸੋ ਯਾਰ ਹੌਸਲਾ ਫਜ਼ਾਈ ਬਿਲਕੁਲ ਪੰਜ ਹਜ਼ਾਰ ਰੁਪਏ ਦੀ 10,000 ਰੁਪਏ ਦੀ ਤੁਸੀਂ ਦਿੰਦੇ ਸੋ ਜਾ ਠੀਕ ਹੈ ਦੁੱਧ ਦਾ ਕੰਪੀਟੀਸ਼ਨ ਕਰਾ ਦਿੱਤਾ ਕੇਲੇ ਦਾ ਕਰਾ ਦਿੱਤਾ ਉਹ ਰੋਕ ਲਿਆ ਸਾਵਾ ਚੁਕਾ ਲਿਆ ਮੈਂ ਸਾਰਿਆਂ ਤੋਂ ਵੱਖਰ ਲੇਕਿਨ ਮੇਰੀ ਗੱਲ ਸੁਣੋ ਨਾ ਇੱਕ ਮੈਂ ਤੁਹਾਡੀ ਗੱਲ ਕੱਢਦਾ ਇੱਥੇ ਇੱਕ ਤਾਂ ਮੈਂ ਪਲੇਅਰ ਆ ਨਾ ਪਾਕਿਸਤਾਨ ਚ ਕੋਈ ਇਹਦਾ ਪਲੇਅਰ ਨਹੀਂ ਸੋ ਜਿਹੜਾ ਇੰਜ ਕਰਦਾ ਆਵੇ ਆਪਣੀ ਗੇਮ ਅਗਲੇ ਨੂੰ ਦਿਓ ਤੂੰ ਕਰ ਉਹਦੇ ਉੱਤੇ ਇਨਾਮ ਰੱਖ ਕੇ ਅਗਲੇ ਨੂੰ ਜੇ ਵਿਨਰ ਹੋ ਜਾਏ ਤੇ ਇਨਾਮ ਦੇਣਾ ਇਹ ਬਹੁਤ ਵੱਡੀ 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 ਗੱਲ ਹੈ ਠੀਕ ਹੈ ਇਹਦੇ ਨਾਲ ਸਪੋਰਟਸ ਪ੍ਰਮੋਟ ਹੋ ਰਹੀ ਹੈ ਮਾਹੌਲ ਬਣ ਗਿਆ ਪਹਿਲਵਾਨਾਂ ਦੇ ਅੰਦਰ ਠੀਕ ਹੈ ਜਿਹੜੇ ਚੈਲੰਜ ਸ਼ੁਰੂ ਹੋ ਗਏ ਹੌਸਲਾ ਅਫਜ਼ਾਈ ਤੋਂ ਚੈਲੰਜ ਸ਼ੁਰੂ ਹੋ ਗਿਆ ਤੁਸੀਂ ਉਹ ਪੱਥਰ ਵਾਲੀ ਆਵਾਜ਼ ਦਿੱਤੀ 5,00,000 ਰੁਪਏ ਦਿੱਤੇ ਤੁਸੀਂ ਬਿਲਾਲ ਨੂੰ ਇਨਾਮ ਦਿੱਤਾ ਸਾਡੀ ਉਹ ਬਾਤ ਹੋਈ ਉਹਦੇ ਉੱਤੇ ਦੁਆਨ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਪੱਥਰ ਦੀ ਗੇਮ ਪਾਕਿਸਤਾਨ ਚੋਂ ਕਿੰਨੀ ਪ੍ਰਮੋਟ ਹੋਈ ਹੈ ਬਹੁਤ ਜ਼ਿਆਦਾ ਇੱਕ ਲੜਕਾ ਹੈ ਜਿਹਨੇ ਜਿਹਦਾ ਵਰਲਡ ਰਿਕਾਰਡ ਇੰਨਾ ਹੋਣਾ ਚਾਹੀਦਾ ਉਹਨੂੰ ਕੋਈ ਵੀ ਨਹੀਂ ਸੀ ਜਾਣਦਾ ਕਮਰਾਨ ਪਹਿਲਵਾਨ ਇੰਜੀ ਸ਼ੇਰ ਏ ਗੁਜਰਾਤ ਹੈ ਠੀਕ ਹੈ ਉਹ ਇੰਟਰੋਡਿਊਸ ਹੋਇਆ ਇੱਕ ਮਿੰਟ ਉਹਨੂੰ ਕਿਆ ਕਰਾਇਆ ਤੁਸੀਂ ਕਰਾਇਆ ਬਿਲਾਲ ਨੂੰ ਕਿਆ ਕਰਾਇਆ ਤੁਸੀਂ ਕਰਾਇਆ ਮਾਰ ਨੂੰ ਕਿਆ ਕਰਾਇਆ ਲੇਕਿਨ ਮਾਹੌਲ ਠੀਕ ਨੀ ਤਰੀਕਾਕਾਰ ਠੀਕ ਨੀ ਦੇਖੋ ਨਾ ਤਰੀਕਾਕਾਰ ਸੋ ਅਗਲੇ ਬੰਦੇ ਤੇ ਡਿਪੈਂਡ ਕਰਦਾ ਹੈ ਨਾ ਸਾਡੀ ਨੀਅਤ ਚੋਂ ਕੋਈ ਸ਼ੱਕ